ਇੱਕ ਹੱਥ ਨਾਲ ਅਲੱਗ-ਅਲੱਗ ਤਸਵੀਰਾਂ ਗੁਰੂ ਮਹਾਰਾਜ ਦੀਆਂ ਬਣਾ ਕੇ ਇਹ ਮੁਸਲਿਮ ਲੜਕੇ ਨਰੁੱਲ ਨੇ ਇੱਕ ਗਜਬ ਦੀ ਕਲਾਕਾਰੀ ਪੇਸ਼ ਕੀਤੀ ਹੈ ਕੀ ਤੁਸੀਂ ਦੱਸ ਸਕਦੇ ਹੋ ਇਹ ਤਸਵੀਰਾਂ ਕਿਹੜੇ ਕਿਹੜੇ ਗੁਰੂ ਸਹਿਬਾਨ ਦੀਆਂ ਬਣ ਰਹੀਆਂ ਨੇ ਔਰ ਦੇਖੋ ਸਿਰਫ ਇੱਕ ਹੱਥ ਨਾਲ ਅਲੱਗ-ਲੱਗ ਤਰ੍ਹਾਂ ਦੀਆਂ ਤਸਵੀਰਾਂ ਕਿਵੇਂ ਕੋਈ ਬਣਾ ਸਕਦਾ ਹੈ ਆਓ ਦੇਖਦੇ ਹਾਂ ਪੂਰੀ ਵੀਡੀਓ ਅਸਲ ਦੇ ਵਿੱਚ ਨਰੁੱਲ ਨਾਮ ਦਾ ਇਹ ਲੜਕਾ ਬੈਸਟ ਬੰਗਾਲ ਦਾ ਰਹਿਣ ਵਾਲਾ ਹੈ ਜੋ ਇੱਕ ਮੁਸਲਿਮ ਪਰਿਵਾਰ ਤੋਂ ਸਬੰਧ ਰੱਖਦਾ ਹੈ ਇਸ ਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਸੀ ਉਸ ਨਾਲ ਕਿਸੇ ਬੰਦੇ ਨੇ ਸ਼ਰਤ ਲਗਾਈ ਕਿ ਤੂੰ ਇੱਕ ਟਾਈਮ ਤੇ ਦੋ ਤਸਵੀਰਾਂ ਬਣਾ ਕੇ ਦਿਖਾ ਦੇਵੇਂ ਤਾਂ ਮੈਂ ਤੈਨੂੰ ਮੰਨ ਜਾਵਾਂ ਲੇਕਿਨ ਨਰੁੱਲ ਨਾਮ ਦੇ ਲੜਕੇ ਨੇ ਕੁਝ ਹੋਰ ਹੀ ਤੈਅ ਕਰ ਲਿਆ ਉਹ ਕਹਿੰਦਾ ਮੈਂ ਇੱਕੋ ਟਾਈਮ ਤੇ ਇੱਕ ਹੱਥ ਨਾਲ ਅਲੱਗ-ਅਲੱਗ ਪੈਨ ਇੱਕ ਸੋਟੀ ਦੇ ਨਾਲ ਪਕੜ ਕੇ ਤਿੰਨ ਅਲੱਗ ਤਸਵੀਰਾਂ ਬਣਾ ਸਕਦਾ ਹਾਂ ਔਰ ਸਭ ਤੋਂ ਵੱਡੀ ਗੱਲ ਉਸਨੇ ਇਹ ਤਸਵੀਰਾਂ ਗੁਰੂ ਮਹਾਰਾਜ ਦੀਆਂ ਬਣਵਾਈਆਂ ਸਾਡੇ ਸਿੱਖਾਂ ਦੇ ਗੁਰੂ ਤਿੰਨ ਵੱਡੇ ਗੁਰੂਆਂ ਦੀਆਂ ਇਹ ਤਸਵੀਰਾਂ ਬਣਾ ਕੇ ਉਸ ਨੇ ਮੁਸਲਿਮ ਸਿੱਖ ਭਾਈਚਾਰੇ ਦੀ ਮਿਸਾਲ ਵੀ ਪੇਸ਼ ਕੀਤੀ ਹੈ ਅਤੇ ਨਾਲ ਨਾਲ ਆਪਣੀ ਕਲਾ ਵੀ ਦਿਖਾਈ ਹੈ ਇਸ ਤਸਵੀਰਾਂ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸੋ ਕਿ ਕਿਹੜੇ ਗੁਰੂ ਸਹਿਬਾਨ ਦੀਆਂ ਇਹ ਤਸਵੀਰਾਂ ਨਰੁੱਲ ਬਣਾ ਰਿਹਾ ਹੈ ਇਸ ਲੜਕੇ ਦਾ ਆਪ ਦਾ ਇੱਕ YouTube ਅਤੇ Facebook ਚੈਨਲ ਵੀ ਹੈ ਜੋ ਨਰੁੱਲ ਆਰਟ ਦੇ ਨਾਮ ਤੇ ਹੈ ਉੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਬਹੁਤ ਅਲੱਗ-ਅਲੱਗ ਉਸ ਦੀਆਂ ਕਲਾ ਦੇ ਨਮੂਨੇ ਮਿਲ ਜਾਣਗੇ ਤੁਸੀਂ ਉਸ ਨੂੰ ਵੀ ਫੋਲੋ ਕਰ ਸਕਦੇ ਹੋ ਅਤੇ ਇੱਕ ਕਲਾਕਿਰਤੀ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿਵੇਂ ਕੋਈ ਵਿਅਕਤੀ ਆਪਣੇ ਹੱਥ ਨਾਲ ਇੱਕੋ ਸਮੇਂ ਦੇ ਵਿੱਚ ਅਲੱਗ-ਅਲੱਗ ਪੈਨ ਪਕੜ ਕੇ ਔਰ ਇੱਕੋ ਹੀ ਹੱਥ ਨਾਲ ਕਿਵੇਂ ਅਲਗ ਤਸਵੀਰਾਂ ਕੋਈ ਬਣਾ ਸਕਦਾ ਹੈ ਉਹ ਵੀ ਇੰਨੀਆਂ ਜ਼ਿਆਦਾ ਸ਼ਾਨਦਾਰ ਅਸਲ ਦੇ ਵਿੱਚ ਇਹ ਤਿੰਨੇ ਤਸਵੀਰਾਂ ਸਾਡੇ ਗੁਰੂ ਸਹਿਬਾਨ ਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤਿੰਨੋ ਹੀ ਤਸਵੀਰਾਂ ਜਦੋਂ ਬਣ ਜਾਣਗੀਆਂ ਤਾਂ ਹਰ ਕੋਈ ਨਮਸਤਕ ਹੋ ਜਾਂਦਾ ਹੈ ਅਤੇ ਮੂੰਹ ਦੇ ਵਿੱਚੋਂ ਇੱਕੋ ਹੀ ਆਵਾਜ਼ ਨਿਕਲਦੀ ਹੈ ਵਾਹ ਵਾਹਿਗੁਰੂ ਵਾਹ ਨਿਕਲਦਾ ਹੈ ਇਸ ਦੀ ਕਲਾਕਿਰਤੀ ਨੂੰ ਦੇਖ ਕੇ ਔਰ ਤਸਵੀਰਾਂ ਨੂੰ ਦੇਖ ਕੇ ਆਵਾਜ਼ ਨਿਕਲਦੀ ਹੈ ਵਾਹਿਗੁਰੂ ਤੁਸੀਂ ਵੀ ਇਸ ਦੇ ਉੱਪਰ ਕਮੈਂਟ ਕਰੋ ਅਤੇ ਇਸ ਕਲਾਕਿਰਤੀ ਨੂੰ ਵੀ ਜ਼ਰੂਰ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਦੀਆਂ ਤਸਵੀਰਾਂ ਇੱਕੋ ਹੱਥ ਨਾਲ ਬਣਾ ਸਕਦਾ ਹੈ ਦੇਖੋ ਕਿੰਨੀਆਂ ਸ਼ਾਨਦਾਰ ਤਸਵੀਰਾਂ ਇਹ ਪੇਸ਼ ਕੀਤੀਆਂ ਨੇ ਵਾਕਿਆ ਦੇ ਵਿੱਚ ਇਹ ਦੇਖਣਯੋਗ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਹਰ ਕੋਈ ਨਹੀਂ ਬਣਾ ਸਕਦਾ ਬੰਦਾ ਚਾਹੇ ਤਾਂ ਹੱਥ ਨਾਲ ਇੱਕ ਤਸਵੀਰ ਵੀ ਬਣਾਣੀ ਇਸ ਤਰ੍ਹਾਂ ਦੀ ਮੁਸ਼ਕਿਲ ਹੈ ਲੇਕਿਨ ਇਸ ਨਰুল ਨਾਮ ਦੇ ਲੜਕੇ ਨੇ ਜੋ ਕਲਾ ਦਿਖਾਈ ਹੈ ਉਹ ਵਾਕਈ ਸ਼ਲਾੰਗਾ ਜੋਗ ਹੈ ਅਸੀਂ ਇਸ ਕਲਾ ਨੂੰ ਨਮਨ ਕਰਦੇ ਹਾਂ ਇਸ ਤੇ ਨਮਸਤਕ ਹੁੰਨੇ ਹੈ ਔਰ ਜੋ ਸਾਡੇ ਗੁਰੂ ਸਾਹਿਬਾਨ ਦੀਆਂ ਇਹ ਤਸਵੀਰਾਂ ਬਣਾ ਕੇ ਸਾਡੇ ਦੇ ਉੱਪਰ ਇੱਕ ਅਹਿਸਾਨ ਅਹਿਸਾਨ ਕਰ ਦਿੱਤਾ ਹੈ ਅਸੀਂ ਉਸ ਦੇ ਲਈ ਵੀ ਜ਼ਿੰਦਗੀ ਭਰ ਇਸ ਦੇ ਆਸਾਨ ਮੰਨ ਰਵਾਂਗੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਤੇ ਹਾਏ ਜਿਸ ਟਿਟੇ ਸਭ ਦੁੱਖ ਜਾਏ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾ ਕੇ ਸਾਨੂੰ ਵੀ ਦੰਗ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ